ਭਾਰੀ ਮੀਂਹ ਪੈਣ ਕਰਕੇ ਇੱਥੇ ਵੱਡਾ ਨੁਕਸਾਨ ਹੋਇਆ। ਕਈ ਸਾਲ ਪੁਰਾਣਾ ਦਰਖਤ ਡਿੱਗ ਪਿਆ। ਪਿੱਪਲ ਦੇ ਡਿੱਗਣ ਨਾਲ ਕੰਧ ਵੀ ਡਿੱਗ ਪਈ। 5 ਕਾਰਾਂ ਤੇ 6 ਬਾਈਕ ਕੰਧ ਦੇ ਥੱਲੇ ਆ ਗਏ, ਬੁਰੀ ਤਰ੍ਹਾਂ ਨੁਕਸਾਨੇ ਗਏ ਨੇ। ਇਹ ਇੱਕ ਸੁਸਾਇਟੀ ਹੈ ਜਿੱਥੇ ਕੁਦਰਤ ਦਾ ਕਹਿਰ ਨਜ਼ਰ ਆਇਆ। ਬੀਤੀ ਰਾਤ ਇੰਨਾ ਜ਼ਿਆਦਾ ਮੀਂਹ ਪਿਆ, ਤੂਫਾਨ ਚੱਲਿਆ, ਜਿਸ ਦੇ ਨਾਲ ਕਈ ਸਾਲ ਪੁਰਾਣਾ ਪਿੱਪਲ ਦਾ ਦਰਖਤ ਡਿੱਗ ਪਿਆ ਔਰ ਕੰਧ ਵੀ ਡਿੱਗ ਪਈ, ਜਿਸ ਦੇ ਨਾਲ ਕਈ ਵਾਹਨ ਲਪੇਟ ਵਿੱਚ ਲੈ ਲਏ। ਇਹ ਤਸਵੀਰਾਂ ਮੁੰਬਈ ਤੋਂ ਸਾਹਮਣੇ ਆਈਆਂ ਨੇ। ਲੋਕਾਂ ਦਾ ਇੱਥੇ ਭਾਰੀ ਨੁਕਸਾਨ ਹੋਇਆ। ਕੰਧ ਦੇ ਡਿੱਗਣ ਕਰਕੇ ਜਿਹੜੇ ਵਾਹਨ ਉਸਦੇ ਨਾਲ ਖੜੇ ਸੀ ਉਹ ਸਾਰੇ ਨੁਕਸਾਨੇ ਗਏ ਨੇ। ਆਨੰਦ ਨਗਰ ਇਲਾਕੇ 'ਚ RMS ਹਾਊਸਿੰਗ ਸੁਸਾਇਟੀ ਦੇ ਵਿੱਚ ਇਹ ਹਾਦਸਾ ਹੋਇਆ। ਪੁਲਿਸ ਅਤੇ BMC ਦੇ ਬੋਰਡ ਅਧਿਕਾਰੀ ਇੱਥੇ ਮੌਜੂਦ ਨੇ, ਰਾਹਤ ਕਾਰਜ ਉਲੀਕੇ ਜਾ ਰਹੇ ਨੇ। ਤਾਂ ਕੁਦਰਤ ਦਾ ਕਹਿਰ ਜਿਸ ਤਰੀਕੇ ਦੇ ਨਾਲ ਰਾਤ ਮੀਂਹ ਝੱਖੜ ਝੁੱਲਿਆ, ਉਸ ਤੋਂ ਬਾਅਦ ਲੋਕਾਂ ਦਾ ਵੱਡੇ ਪੱਧਰ ਤੇ ਨੁਕਸਾਨ ਵੀ ਹੋਇਆ। ਹਾਲਾਂਕਿ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਹੈ, ਪਰ ਮੀਂਹ ਦਾ ਕਹਿਰ ਸਿੱਧੇ ਤੌਰ ਤੇ ਨਜ਼ਰ ਆਇਆ। ਕਿਸ ਤਰੀਕੇ ਦੇ ਨਾਲ ਪਿੱਪਲ ਦਾ ਦਰਖਤ ਡਿੱਗਿਆ, ਕੰਧ ਵੀ ਡਿੱਗ ਪਈ ਔਰ ਕੰਧ ਦੇ ਨਾਲ ਜਿੰਨੇ ਵੀ ਵਾਹਨ ਖੜੇ ਹੋਏ ਸੀ, ਜਿਨ੍ਹਾਂ ਦੇ ਵਿੱਚ 5 ਕਾਰਾਂ ਤੇ 6 ਬਾਈਕ ਸੀ, ਉਹ ਵੀ ਬੁਰੀ ਤਰ੍ਹਾਂ ਨੁਕਸਾਨੇ ਗਏ ਨੇ। ਕੰਧ ਉਹਨਾਂ ਦੇ ਉੱਪਰ ਡਿੱਗ ਪਈ, ਬੁਰੀ ਤਰ੍ਹਾਂ ਨੁਕਸਾਨੇ ਗਏ ਨੇ ਔਰ ਵੱਡਾ ਨੁਕਸਾਨ ਇੱਥੇ ਲੋਕਾਂ ਨੂੰ ਚੱਲਣਾ ਪਿਆ। ਆਓ ਇੱਕ ਵਾਰ ਪੂਰੀਆਂ ਤਸਵੀਰਾਂ ਦੇਖੋ। ਸ਼ੋਰ ਦਾ ਲੋਕ ਇਹ ਨਾ ਕੋਈ